रात नूं देरी नाल खाना खाण दे नुकसान। साडे विचों बहुत सारे लोग समय सिर अपना खाना पीना नहीं कर पाउंदे ते बेलोड़े समय खाण पीण दीआं आदतां पा लैंदे हन। देर रात नूं खाना खाण नाल साडी तंदरुस्ती ते गंभीर माड़े प्रभाव पै सकदे हन। आओ जानदे हां देर रात खाना खाण नाल की नुकसान हुंदे हन। हाइपरटेंशन, देर रात खाना हाई ब्लड प्रेशर अते हाई ब्लड शुगर दे पद्धरां विच योगदान पा सकदा है। रात नूं देर नाल खाना खाण नाल शरीर दी हार्मोनल लय विगड़ जांदी है ते इस नाल कोलेस्ट्रोल दे पद्धरां विच वाधा हो सकदा है। कैंसर दा खतरा, बार्सिलोना इंस्टीट्यूट फॉर ग्लोबल हेल्थ द्वारा कीती गई एक खोज तो पता लगा है कि रात 9 बजे तो बाद खाना खाण नाल कैंसर दा खतरा वध सकदा है। इस दे उलट खाण अते सौण दे विचकार 2 घंटे दे अंतर नूं बनाई रखण नाल छाती अते प्रोस्टेट कैंसर दे जोखम विच 20% दी कमी आ सकदी है। भार वधणा, रात नूं देर नाल खाना खाण नाल भार वध सकदा है। जदों असीं देर नाल खांदे हां अते फिर तुरंत सौ जांदे हां जां क्रियाशील रहिंदे हां तां भोजन तों ऊर्जा चर्बी दे रूप विच स्टोर हो जांदी है। ਇਹ ਇਸ ਲਈ ਹੈ ਕਿਉਂਕਿ ਨੀਂਦ ਦੇ ਦੌਰਾਨ ਸਾਡਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਅਣਵਰਤੀ ਊਰਜਾ ਚਰਬੀ ਵਿੱਚ ਬਦਲ ਜਾਂਦੀ ਹੈ ਜਿਸ ਨਾਲ ਮੋਟਾਪਾ ਵੱਧਦਾ ਹੈ। ਨੀਂਦ ਵਿੱਚ ਵਿਘਨ ਪੈਂਦਾ ਹੈ। ਦੇਰ ਰਾਤ ਦਾ ਖਾਣਾ ਸਾਡੀ ਨੀਂਦ ਦੇ ਪੈਟਰਨ ਵਿੱਚ ਵਿਘਨ ਪਾ ਸਕਦਾ ਹੈ। ਜਦੋਂ ਅਸੀਂ ਰਾਤ ਦਾ ਖਾਣਾ ਦੇਰ ਨਾਲ ਲੈਂਦੇ ਹਾਂ ਤਾਂ ਅਸੀਂ ਦੇਰ ਨਾਲ ਸੌਂਦੇ ਹਾਂ ਜੋ ਸਾਡੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਵਿਘਨ ਦੇ ਨਤੀਜੇ ਵਜੋਂ ਸਾਡੀ ਸਮੁੱਚੀ ਸਿਹਤ 'ਤੇ ਅਸਰ ਪੈਂਦਾ ਹੈ। ਪਾਚਨ ਸੰਬੰਧੀ ਸਮੱਸਿਆਵਾਂ, ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਭੋਜਨ ਦੇ ਪਾਚਨ ਵਿੱਚ ਸਹਾਇਤਾ ਕਰਨ ਲਈ ਸਾਡਾ ਸਰੀਰ ਖਾਸ ਸਮੇਂ ਤੇ ਗੈਸਟ੍ਰਿਕ ਜੂਸ ਛੱਡਦਾ ਹੈ। ਹਾਲਾਂਕਿ ਜਦੋਂ ਸਾਡੀ ਨੀਂਦ ਦਾ ਪੈਟਰਨ ਬਦਲ ਜਾਂਦਾ ਹੈ ਤਾਂ ਇਹਨਾਂ ਰਸਾਇਣਾਂ ਦੀ ਨਿਕਾਸੀ ਵਿੱਚ ਵਿਘਨ ਪੈ ਸਕਦਾ ਹੈ ਜਿਸ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਮਾਨਸਿਕ ਸਥਿਤੀ ਵਿੱਚ ਗੜਬੜ, ਰਾਤ ਨੂੰ ਦੇਰ ਨਾਲ ਖਾਣਾ ਅਤੇ ਪੂਰੀ ਨੀਂਦ ਨਾ ਲੈਣਾ ਸਾਡੀ ਮਾਨਸਿਕ ਸਥਿਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬਿਨਾਂ ਲੋੜੀਂਦੇ ਆਰਾਮ ਦੇ ਸਵੇਰੇ ਉੱਠਣਾ ਸਾਨੂੰ ਚਿੜਚਿੜਾ ਮਹਿਸੂਸ ਕਰਾ ਸਕਦਾ ਹੈ ਅਤੇ ਉਦਾਸੀ ਅਤੇ 26 ਸਾਲਾਂ ਤੋਂ ਸਥਾਪਿਤ ਮੀਆਂ ਸ਼ਾਹ ਜੀ, ਕਾਲ ਜਾਂ ਵਟਸਐਪ 9878623774। ਚੇਤਾਵਨੀ, ਮਿੰਟਾਂ ਘੰਟਿਆਂ 'ਚ ਚੈਲੰਜ ਦੇਣ ਵਾਲਿਆਂ ਤੋਂ ਸਮਾਧਾਨ, ਪਰਮਾਤਮਾ ਨਹੀਂ ਉਹ ਹੈ ਇਨਸਾਨ। ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ। ਮੀਆਂ ਸ਼ਾਹ ਜੀ, ਕਾਲੇ ਇਲਮ ਦੀ ਘਾਟ ਸਾਡੇ ਕੋਲ, ਪਤੀ ਪਤਨੀ ਅਤੇ ਪ੍ਰੇਮੀ ਪ੍ਰੇਮਿਕਾ ਵਸ ਚ ਕਰਾਓ, ਕੀਤਾ ਕਰਾਇਆ ਜਾਦੂ ਟੋਣਾ, ਮਨ ਚਾਹਿਆ ਪਿਆਰ, ਵਸ਼ੀਕਰਨ ਮੁੱਠ ਕਰਨੀ ਕਰਾਓ ਜਾਂ ਤੁੜਵਾਓ, ਨੌਕਰੀ ਕਾਰੋਬਾਰ ਚ ਰੁਕਾਵਟਾਂ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਘਰ ਚ ਖੂਨ ਦੇ ਛਿੱਟੇ ਆਉਣੇ, ਬੱਚਿਆਂ ਦਾ ਪੜ੍ਹਾਈ ਚ ਮਨ ਨਾ ਲੱਗਣਾ। ਨੋਟ, ਪ੍ਰੇਮੀ ਪ੍ਰੇਮਿਕਾ ਦਾ 100% ਵਸ਼ੀਕਰਨ ਕਰਾਓ, ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ ਸਿਰਫ 5 ਘੰਟਿਆਂ 'ਚ। ਕਾਲ ਜਾਂ ਵਟਸਐਪ 9878623774।